तुसी चले जाओ शादी ते। ओ मैनू केड़ा पता है, ओ मेरा ब्याह यकदम नवाबा वाली सोच ते कमियां ते आ गई है। ए तुसी देखो जी, असी अपने पुत्र दी शादी कीती ते 500 रुपया नौंदरा पा के गया सी, ते रोटी उते दो दो शिफ्टा ला के गया ते इन्ना बन के भी नाल दित्ता। ए गल्ला ओ सन टेंशन ना लो, बहुत ते गल्ला ओ सन। ऐडा वड्डा घर मैं खुला ही छड़ गई और माल डंगर मेरा सारा भुखा मर गया। तुसी अपने पेके आ चले जाओ। ओ मैनू केड़ा पता है, ओ नई दी आदत करनी है। जरा किसी ने खतने हो जान ते तुसी नस पैन दे जे। उठो उठो उठो, चली गए चली गए। कोई लख दो लख रुपया जेब च पा लेंदे जे ते आंदे जो दो तो 10 रुपए किराए दे नहीं हुंदे तुहाडे कोल। ए किसे दी नहीं, ए मेरे ब्राह दी खुशी आई ते ब्राह दी खुशी नहीं, ओ मेरी खुशी आई। ऐसे लिए भरा ने ना बहुत सोहनी साडी इज्जत कीती है जी। तू टेंशन ना लो, इस गल दा मैं मोल पैसा और तू वेख सै की हो। पा लिया तुसी मोल, तुहानू नहीं पता साडे पुत्र दी शादी ते साडे नाल की करके गए ने, और साडा तां बलादरी च उहनां ने नक वढा दित्ता है फड़ के। मामी तो बिरा बुआ छड़ के आ गया, चलता वलीमा बिरादरी सारी कट्ठी हो गई है। जे लोना पूछना नो किधर गए ते आपे उना दे बिरादरी नाक बांध ले। बिरादरी तो होई है जिन्ना शरारत की ते सानू कटा के बाहर मारे। आज लो बिरा गया ते बिरादरी गई। नहीं तू बैठी रहेंगी हो ना, उठ के जाके हांडी टुकर दा कर, तो फ्रिज दे विच गोश्त पे है, कम से कम इथे ते खा लिए घर पका के। मम्मी सबर ते कर, हले हुण आके बैंदी पई है। ओए ओए वे तू बहुत तेज बनना है, उठ निकुड़ गया उते जा, रोटी रोटी पका जा, ऐवें मेरे कोल मार खाना है तू रन मरीदा। ठीक है अम्मी जी, ठीक है बना देनी रोटी। जट्टी ਮੈਂ ਤਾਂ ਲੱਗਦੇ ਉਂਝ ਰਨ ਮਰੀਦ ਹੋ ਗਏ, ਵੇਖੀ ਨਾ ਨਾਲ ਨਾਲ ਚੰਬੜਿਆ ਵਾਲੇ ਜਿਵੇਂ ਮਾਝ ਨੂੰ ਚਿੱਚੜ ਚੰਬੜੇ ਹੋਏ ਹੁੰਦੇ। ਤੁਸੀਂ ਕਿਹੜੇ ਘੱਟ ਹੋ, ਤੁਸੀਂ ਵੀ ਤਾਂ ਰਨ ਮਰੀਦ ਹੀ ਜੇ। ਹਾਂ ਤੇ ਉਹ ਤਾਂ ਆਪਾਂ ਤਾਂ ਸ਼ੁਰੂ ਤੋਂ ਥੱਲੇ ਲੱਗਿਆ ਹੋਇਆ, ਕੋਈ ਸ਼ੱਕ ਵਾਲੀ ਗੱਲ। ਰਾਮ ਵਾਲਾ ਬਸ਼ਕ ਹੋਇਆ ਕੀ ਤੇ ਮੈਨੂੰ ਵੀ ਪਤਾ ਲੱਗੇ। ਉਹ ਮੈਨੂੰ ਕਿਹਾ ਪਤਾ ਹੋਇਆ ਕੀ ਹੈ, ਇਹ ਤਾਂ ਪਤਾ ਹੁਣ ਆਨੂੰ ਹੈ ਨਾ ਵੀ ਕੀ ਕੀਤਾ ਤੇ ਕੀ ਹੋਇਆ। ਮੈਨੂੰ ਤਾਂ ਇਤਨੀ ਗੱਲ ਦਾ ਪਤਾ ਹੈ, ਜਿਸ ਤੋਂ ਆਏ ਨਾ ਚੰਗੇ ਭਲੇ ਮਿਲੇ ਗਿਲੇ ਬੈਠੇ ਨੇ, ਉਤੋਂ ਮਾਮੇ ਕਹਿਣ ਪਰ ਚਾਚੇ ਕੇ ਵੀ ਆਏ ਨੇ, ਬਸ ਗੱਪ ਸ਼ਪ ਲਾਈਏ। ਮੈਂ ਉਠੀ ਤੇ ਬਾਹਰ ਨਿਕਲ ਗਿਆ ਪੁਰਾਣੇ ਨੂੰ ਬਹਾਵਣ ਵਾਸਤੇ, ਹਾਟ ਤੇ ਆਇਆ ਤਾਂ ਜੋ ਇਹ ਨਿਕੇ ਹੀ ਨਹੀਂ ਆਏ। ਆ ਆ ਦੱਸਦਾ ਵੀ ਆਏ। ਹਾਂ ਹਾਂ ਬਾਜੀ, ਮੈਂ ਅੰਦਰ ਵੜਦਾ ਪਿਆ ਮੂੰਹ ਤੇ ਉਹ ਨਿਕਲੇ ਨੇ, ਤੇ ਮੈਂ ਪੁੱਛਿਆ ਕਿਦੇ, ਉਹਦਾ ਕਿ ਤੂੰ ਚੁੱਪ ਕਰ ਖਲੋ, ਬਕਵਾਸ ਨਾ ਕਰ ਕੁੱਤੇ ਆ। ਵਾਹ ਬੇਗਮ ਜੀ ਵਾਹ, ਜਿਵੇਂ ਅੱਜ ਗਰਮੀ ਪੰਦੀ ਪਈ ਹੈ, ਤੂੰ ਮੈਨੂੰ ਨਿੰਬੂ ਵਾਲੀ ਸ਼ਿਕਵੰਜੀ ਨਾ ਪੀਵੇਂਦੀ ਹੋ ਤੇ ਅੱਜ ਮੇਰਾ ਜਿਹੜਾ ਬੀਪੀ ਹੈ ਜ਼ਮੀਨ ਚ ਡੇਗ ਪਵਣਾ। ਕੋਈ ਗੱਲ ਨੀ, ਚੁੱਕ ਕੇ ਆਪਣਾ ਬੀਪੀ ਜਿਹੜਾ ਉੱਤੇ ਰੱਖ ਲੈਂਦੇ। ਓਏ ਕੀ ਬਾਤ ਹੈ ਅੰਮੀ ਜੀ, ਮੈਂ ਚਾਲੂ ਪਾਵਣੇ ਆ ਨਾ। ਓ ਨਾ ਪੁੱਤਰ, ਨਾ ਆਲੂ ਨਾ ਪਾਈ, ਓ ਸੁੱਕਾ ਸਾਲਣ ਬਣਾਈ ਭੋਨੀ ਵਾਲਾ ਤੇ ਜਲਦੀ ਲਾ, ਓ ਭੁੱਖ ਨਾਲ ਮੈਨੂੰ ਕੜਲ ਪੈ ਪੈਂਦੇ ਨੇ। ਅਸਲਾਮੁਅਲੈਕਮ ਜੀ। ਵਾਲੇਕਮ ਸਲਾਮ, ਪੀ ਛੱਡ ਖਲੋ। ਕੀ ਹਾਲ ਹੈ ਭਾਈ? ਠੀਕ ਆ, ਸਾਨੂੰ ਕੀ ਹੋਇਆ ਪਿਆ? ਅਸੀਂ ਮੰਜੀ ਉਹ ਤੱਲੂ ਲੱਥੇ ਪਾਇਆ। ਕੀ ਹਾਲ ਹੈ ਭਾਈ? ਓ ਨਹੀਂ, ਇੱਕ ਮਿੰਟ ਬਾਉ ਹੌਸਲਾ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਰੋਲਾ ਕੇ ਆਏ ਤੁਹਾਡੇ ਮੂੰਹ ਵੱਟੇ ਪੈਣ, ਕੋਈ ਬੰਦਾ ਮਰ ਗਿਆ ਕੀ? ਗੱਲ ਕੀ ਹੈ? ਬੰਦਾ ਨਹੀਂ ਮਰਿਆ, ਇਹ ਰੋਲਾ ਹੈਗਾ, ਤੈਨੂੰ ਨਹੀਂ ਪਤਾ, ਤੂੰ ਛੁੰਨਾ ਕਾਕਾ ਏ। ਓਈ ਜੇ ਗੱਲ ਤਾਂ ਮੈਂ ਪੁੱਛਦਾ ਪਿਆ ਬਈ ਰੋਲਾ ਕੇ ਆ ਬਣਿਆ ਹੈ, ਮੈਂ ਤਾਂ ਇਤਨੀ ਗੱਲ ਦਾ ਪਤਾ ਹੈ, ਤੁਸੀਂ ਆ ਤੇ ਬੈਠੇ ਨੇ ਤੇ ਮੈਂ ਬਾਹਰ ਨਿਕਲ ਗਿਆ, ਉੱਤੇ ਪੁਰਾਣੇ ਨੂੰ ਬਹਾ ਕੇ ਤੇ ਹਟ ਕੇ ਆਇਆ ਤਾਂ ਗੁੱਲੂ ਦੱਸਦਾ ਪਿਆ, ਉਹ ਤਾਂ ਘਰੋਂ ਨਿਕਲੇ ਜਾਂਦਿਆਂ ਤੇ ਇਹਨਾਂ ਨੇ ਝੜਪ ਝੱਪ ਕੀਤੀ ਨੇ। ਉਹ ਬਾਸੋ ਵੀਰਾ ਆਇਆ ਤੇਰਾ ਮੰਨਿਆ ਤੇ ਬਾਕੀ ਰਹਿ ਗਿਆ ਵੀਰਾ ਵਾਲਾ ਸੰਗ, ਉਹ ਅੱਜ ਲੋ ਟੋਟੇ ਟੋਟੇ ਹੋ ਗਿਆ। ਯਾਰ ਮੈਂ ਦੱਸੋ ਸਹੀ, ਅਸਲ ਗੱਲ ਕੀ ਹੈ? ਗੱਲ ਤੁਸੀਂ ਖੋਲ ਤੇ ਕਰਦੇ ਕਿਉਂ ਨੇ? ਤੁਸੀਂ ਸਰਦਾਰੀ ਖਤਮ ਕੀਤੀ ਬੈਠਾ, ਟੋਟੇ ਟੋਟੇ ਹੋ ਗਿਆ, ਉਹ ਕੀ ਹੋ ਗਿਆ? ਯਾਰ ਮੈਂ ਦੱਸ ਸਹੀ, ਉਹ ਬਰਦਾ ਤੂੰ ਦੱਸ ਵੀ ਰੋਲਾ ਹੈ ਕੀ? ਪਤਾ ਚੜਿਆ ਹੋਇਆ ਰੋਲਾ ਕੀ ਹੈ? ਉਹ ਇੰਜ ਤਾਂ ਸੱਤ ਪਰਾਇਆ ਨਾਲ ਨਹੀਂ ਕਰਦੇ, ਔਰ ਜਿਵੇਂ ਤੁਸੀਂ ਸਾਡੇ ਨਾਲ ਕੀਤੀ, ਅਸੀਂ ਤਾਂ ਤੁਹਾਡੇ ਫੇਰ ਆਪਣੇ ਸੀ, ਔਰ ਮੈਂ ਆਪਣੀ ਤੇ ਤੇਰਾ ਤਾਂ ਭਰਾ ਹੈ ਸੱਕਾ ਮਾਂ ਜਾਇਆ। ਮੈਂ ਤੁਹਾਡਾ ਸਾਰਿਆਂ ਦਾ ਬੁਥਾੜ ਵੇਖੀ ਬੈਠਾ, ਸਾਰਿਆਂ ਦੇ ਬੂਥਿਆ ਸੁੱਜੇ ਪੈਣ, ਆਏ ਵਾ ਹੋਏ ਪੈਣ। ਤੁਸੀਂ ਸੁਜਾਏ ਨੇ ਤੇ ਸਾਡੇ ਬੂਤੇ ਸੁੱਜੇ ਨੇ, ਨਹੀਂ ਤੇ ਅਸੀਂ ਤਾਂ ਤੋਸ ਦੇ ਖੇਡਦੇ ਗਿਆ, ਉਹ ਤੋਂ ਅਸੀਂ ਰੋਂਦੇ ਆਏ ਆ ਤੇ ਕੁਰਲਾਉਂਦੇ ਆਏ ਆ। ਨਹੀਂ ਤਾਂ ਕੋਈ ਇਹ ਨਹੀਂ ਕਰਦਾ, ਕੋਈ ਮਰ ਜਾਵੇ ਤੇ ਜਿਹੜਾ ਫਰਦੂਲ ਤੂੰ ਗੱਤੀ ਬੈਠੀ ਹੈ ਤੇ ਫਰਦੂਲ ਕਰ ਤੂੰ ਨਾ। ਭਰਜਾਈ ਮੈਂ ਆਈ ਬੈਠੀ ਹਾਂ ਤੁਹਾਡੇ ਬੂਹੇ ਤੇ, ਤੂੰ ਮੇਰੇ ਮੂੰਹ ਨੂੰ ਵੇਖ ਲਾ ਤੇ ਆ ਵਿਰਾਹ ਨੂੰ ਗਾਨੇ ਹੱਥੀ ਮੈਂ ਲੈ ਕੇ ਆਈ ਹਾਂ। ਵਿਰਾਹ ਤੂੰ ਮੈਨੂੰ ਦੱਸ ਵੀ ਕਿਹੜੀ ਗੱਲ ਹੈ, ਅਸਲ ਵਜ੍ਹਾ ਮੈਨੂੰ ਦੱਸ। ਸੁਣ ਮੁੜ ਵਜ੍ਹਾ ਕਿਹੜੀ ਹੈ? ਜਦੋਂ ਮੇਰੇ ਵਿਰਾਹ ਦੇ ਢੇਰ ਖਿੱਜਣ, ਠੀਕ ਹੈ ਨਾ,
मैं जुत्ती कपड़े का बंदोबस्त मैं किया कि मेरा विराह शरीका च बदनाम ना हो। उस बाद पिनिया का बंदोबस्त मैं किया। तुम मैंने यह सिला देना जेड़ा दिता ने। मैं तेरी करा शरीका च इज्जत तो तू मैंने करे बेइज्जत। यह केड़ी गल हुई बिल्ला मेरी गल सुन। भरा दे मगर लग के तू आ ते गई है मगर तेन इस गल का पता है कि उत्ते साडे नाल होया की है। हाँ भाभी यो गल ते मैं तेरे को पुछदी पिया भी होया की। सुन फिर मैं तेनु दसनी आ साडे नाल बैठी सी चाची ते चाची दे बच्चे जिस टाइम ले आके रखी साडे अगे रोटी ते उन्हां दीयां सी प्लेटां भरियां होईयां ते मेरे पुत्र ने मंगया एक लेग पीस। जिस टाइम असीं दोबारा पुछे तो कहंदे मुक गए ने। हाय मेरे पुत्र वारी लेग पीस मुक गए सी। एक लेग पीस दी औकात की हुंदी है। हुण मैं इन्ना गोश्त पकाया तुसीं दसो तुसीं गाणा है ते दसो। मेरे पोत्र मंगया लेग पीस तुसी आख्या कोई नी। ओ एडी वड्डी देग हुंदी विच इक लेग पीस कोई ना मेरे पोत्र का। आई आतियां लाए भाई चस नहीं होगी। ओ लेग पीस दे रोला गट्टी बैठे ने। ओ पोत्र बुल्ला आ चल मेरे नाल भावें देगा भीड जावे। चल मुंडे चाचे मेरे सुहानी नु लेग पीस देने ने। देख मीनिया मैं तैनु खवानी है लेग पीस। लेग पीस अगे नहीं ओ कदी खाते लेग पीस खाने ने। मतलब मुड़ 5,000 आपां नेंद्रे वाला नहीं बचदा। हाँ।